ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ 'ਤੇ ਚਿਲਡਰਨ ਪਾਰਕ ਬਣੀ ਹੋਈ ਆ ਜੀ। ਇਹਦੀ ਐਂਟਰੀ ਫੀਸ ਆ 10 ਰੁਪਏ। ਇਹਦੇ ਨਾਲ ਹੀ ਆ ਗੁਰਦੁਆਰਾ ਗੋਬਿੰਦ ਬਾਗ, 10ਵੇਂ ਪਾਤਸ਼ਾਹ ਦੇ ਨਾਂ 'ਤੇ ਬਾਗ ਸਾਹਿਬ ਬਣਿਆ ਹੋਇਆ ਜੀ। ਇਹਦੇ ਵਿੱਚ ਨਾ ਰਾਤ ਨੂੰ ਲੇਜ਼ਰ ਸ਼ੋਅ ਵੀ ਚੱਲਦਾ ਆ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਇਸ ਸਥਾਨ ਦੇ ਜੀ, ਜੋ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ। ਆਓ ਚੱਲਦੇ ਹਾਂ। ਸਾਹਿਬ ਵਿੱਚ ਐਂਟਰ ਹੋਣ ਦੇ ਨਾਲ ਇਸ ਸਾਈਡ ਬਣੇ ਹੋਏ ਹਨ ਜੀ ਵਾਸ਼ਰੂਮ, ਅਤੇ ਇੱਥੇ ਨੋਟਿਸ ਹੈ ਕਿ ਫੁੱਲ ਅਤੇ ਪੱਤੇ ਤੋੜ ਕੇ ਬਾਗ ਵਿੱਚੋਂ ਨਾ ਲੈ ਕੇ ਜਾਓ ਜੀ। ਸਾਹਮਣੇ ਜੀ ਗੁਰਦੁਆਰਾ ਸਾਹਿਬ ਹੈ, ਆਓ ਦਰਸ਼ਨ ਕਰਦੇ ਹਾਂ ਜੀ। ਜਿਹੜਾ ਇਹ ਬਾਗ ਆ, ਇਹ ਬਹੁਤ ਹੀ ਸੋਹਣਾ ਬਣਿਆ ਹੋਇਆ ਆ। ਜਦੋਂ ਵੀ ਕਦੇ ਤੁਸੀਂ ਹਜ਼ੂਰ ਸਾਹਿਬ ਨੰਦੇੜ ਆਵੋ ਤਾਂ ਇਸ ਬਾਗ ਦੇ, ਗੋਬਿੰਦ ਬਾਗ ਦੇ ਦਰਸ਼ਨ ਜ਼ਰੂਰ ਕਰਿਓ ਜੀ। ਬਹੁਤ ਸੋਹਣਾ ਹਰਿਆ ਭਰਿਆ ਹੋਇਆ, ਜਾਣੀ ਹਕੀਕਤ ਦੇ ਵਿੱਚ ਬਾਗ ਆ ਇਹ। ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ, ਪੰਛੀਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਸ ਬਾਗ ਦੇ ਵਿੱਚ, ਅਤੇ ਮਨ ਨੂੰ ਜਾਣੀ ਇੱਕ ਸ਼ਾਂਤੀ ਜੀ, ਸਕੂਨ ਜਿਹਾ ਮਹਿਸੂਸ ਹੁੰਦਾ ਜੀ ਇਸ ਬਾਗ ਦੇ ਅੰਦਰ ਐਂਟਰ ਹੋ ਕੇ ਜੀ। ਰਾਤ ਨੂੰ ਅਸੀਂ ਗੱਲ ਕੀਤੀ ਸੀ, ਕਹਿੰਦੇ ਵੀ ਜਿਹੜਾ ਲੇਜ਼ਰ ਸ਼ੋਅ ਚੱਲਦਾ ਆ, ਜਾਣੀ ਆਪਣੇ ਜਿਹੜੇ ਗੁਰੂ ਸਾਹਿਬਾਨ ਹੋਏ ਨੇ, 10 ਪਾਤਸ਼ਾਹੀਆਂ ਹੋਈਆਂ ਨੇ, ਉਹਨਾਂ ਦੇ ਜੀਵਨ ਨੂੰ ਦਰਸਾਉਂਦੀਆਂ ਹੋਈਆਂ ਉਹ ਲੇਜ਼ਰ ਸ਼ੋਅ ਹੁੰਦਾ ਆ। ਉਹ ਸਾਰਾ ਆਪਾਂ ਦੇਖਾਂਗੇ ਅੱਜ ਰਾਤ ਨੂੰ, ਉਹ ਵੀ ਦੇਖਾਂਗੇ ਆਪਾਂ। ਦੇਖੋ ਤੁਸੀਂ ਬਾਗ ਦੇ ਵਿੱਚ ਜਿੱਧਰ ਮਰਜ਼ੀ ਨਿਗਾਹ ਮਾਰੋ, ਦੇਖੋ ਕਿੰਨਾ ਸੋਹਣਾ ਲੱਗਦਾ ਆ। ਦਰਖਤ ਨੇ ਹਰਿਆ ਭਰਿਆ ਬਾਗ ਆ ਇਹ। ਸਾਹਮਣੇ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ, ਜਿਹਦੇ ਵਿੱਚ ਬਿਰਾਜਮਾਨ ਨੇ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪਾਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਾਂ ਜੀ। ਇਸ ਸਾਈਡ ਆ ਲੇਜ਼ਰ ਸ਼ੋਅ ਲੱਗਦਾ, ਤੁਹਾਨੂੰ ਦਿਖਾਵਾਂਗੇ ਜਗ੍ਹਾ ਉਹ ਵੀ। ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਜੀ ਅੰਦਰ ਤੋਂ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਜੀ। ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ। ਇਹ ਆ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੀ, ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ। 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਸ ਜਗ੍ਹਾ ਦੇ ਉੱਤੇ ਜੀ ਚਰਨ ਪਏ ਹੋਏ ਨੇ। ਆ ਜਾਓ ਆਪਾਂ ਚੱਲਦੇ ਹਾਂ ਅੰਦਰ ਨੂੰ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਝੂਲਦਾ ਹੋਇਆ ਜੀ ਉਸ ਜਗ੍ਹਾ 'ਤੇ ਜਿੱਥੇ ਮੇਰਾ ਕਲਗੀਆਂ ਵਾਲਾ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਰਨ ਪਾਏ ਸੀ ਜੀ। ਇਹ ਉਹ ਪਵਿੱਤਰ ਥਾਂ ਆ ਆਬਚਲ ਨਗਰ, ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇਹ ਦੇਖੋ ਕਿੰਨਾ ਸੋਹਣਾ ਸਥਾਨ ਬਣਿਆ ਹੋਇਆ ਜੀ। ਸੰਗਤ ਜਿਹੜੀ ਦੂਰੋਂ ਨੇੜਿਓਂ ਆਉਂਦੀ ਆ ਜੀ ਇਸ ਜਗ੍ਹਾ ਦੇ ਉੱਤੇ ਬੂਟੇ ਚੜ੍ਹਾਉਂਦੀ ਆ। ਇਹ ਆ ਜੀ ਨਗਾਰਾ ਸਾਹਿਬ, ਅਤੇ ਇਹ ਅੱਜ ਦਾ ਹੁਕਮਨਾਮਾ ਸਾਹਿਬ ਆ, ਤੁਸੀਂ ਪੜ੍ਹ ਸਕਦੇ ਹੋ। ਇਹ ਪੋਥੀ ਸਾਹਿਬ ਪਈਆਂ ਨੇ, ਆਪਾਂ ਪਾਠ ਕਰਨਾ ਹੋਵੇ ਬੈਠ ਕੇ ਤਾਂ ਪੋਥੀ ਸਾਹਿਬ ਲੈ ਕੇ ਇਸ ਜਗ੍ਹਾ 'ਤੇ ਪਾਠ ਕਰ ਸਕਦੇ ਹਾਂ ਜੀ।
ਦਸਵੀਂ ਪਾਤਸ਼ਾਹ ਦੇ ਸਮੇਂ ਇਸ ਜਗ੍ਹਾ ਉੱਪਰ ਚੰਦਨ ਦੇ ਰੁੱਖ ਭਾਰੀ ਮਾਤਰਾ ਦੇ ਵਿੱਚ ਸਨ। ਇਸੇ ਕਰਕੇ ਹੀ ਉਹਨਾਂ ਦੀ ਚਿਖਾ ਲਈ ਚੰਦਨ ਦੀ ਲੱਕੜ ਇਸ ਸਥਾਨ ਤੋਂ ਲਿਜਾਈ ਗਈ ਸੀ ਜੀ। ਆਪਾਂ ਸਭ ਨੇ ਜੀ ਦਰਸ਼ਨ ਕਰ ਲਏ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਆ ਜਾਓ ਆਪਾਂ ਹੁਣ ਚੱਲਦੇ ਹਾਂ ਉਸ ਜਗ੍ਹਾ ਨੂੰ ਦੇਖਦੇ ਹਾਂ ਜਿਸ ਜਗ੍ਹਾ ਦੇ ਉੱਤੇ ਰਾਤ ਨੂੰ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਜੀ ਲੇਜ਼ਰ ਸ਼ੋਅ ਹੁੰਦਾ ਆ। ਉਹ ਜਗ੍ਹਾ ਦਿਖਾਉਂਦੇ ਹਾਂ ਤੁਹਾਨੂੰ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਉਸ ਸਥਾਨ ਦੇ ਜਿੱਥੇ ਰਾਤ ਨੂੰ ਲੇਜ਼ਰ ਸ਼ੋਅ ਕਰਵਾਇਆ ਜਾਂਦਾ ਜੀ। ਇਸ ਸਾਈਡ ਲੇਜ਼ਰ ਸ਼ੋਅ ਦਿਖਾਇਆ ਜਾਂਦਾ ਸੰਗਤਾਂ ਨੂੰ ਅਤੇ ਇਸ ਸਾਈਡ ਸਿਟਿੰਗ ਏਰੀਆ ਬਣਿਆ ਹੋਇਆ। ਇੱਥੇ ਬੈਠ ਕੇ ਸੰਗਤਾਂ 10 ਗੁਰੂ ਸਾਹਿਬਾਨ ਦੇ ਜੀਵਨ ਬਾਰੇ, ਉਹਨਾਂ ਦੀ ਜੀਵਨ ਵਿੱਚ ਹੋਈਆਂ ਘਟਨਾਵਾਂ ਬਾਰੇ ਜਾਣਕਾਰੀ ਲੈਂਦੇ ਨੇ ਜੀ ਅਤੇ ਲੇਜ਼ਰ ਸ਼ੋਅ ਦਾ ਆਨੰਦ ਮਾਣਦੇ ਨੇ ਜੀ। ਆਓ ਚੱਲਦੇ ਹਾਂ ਹੁਣ ਲੇਜ਼ਰ ਸ਼ੋਅ ਨੂੰ ਦੇਖਦੇ ਹਾਂ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਜੀ।
ਸਭ ਨੇ ਮਿਲ ਕੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਦੇ ਦਰਸ਼ਨ ਕਰ ਲਏ ਹਨ ਜੀ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ 'ਤੇ ਨਵੀਂ ਵੀਡੀਓ ਦੇ ਨਾਲ ਜੀ। ਅਸੀਂ ਆਪਣੇ ਵਾਅਦੇ ਅਨੁਸਾਰ ਹਜ਼ੂਰ ਸਾਹਿਬ ਦੀ ਇਸ ਪਵਿੱਤਰ ਧਰਤੀ ਨੂੰ ਨੰਦੇੜ ਨੂੰ ਅਬਚਲ ਨਗਰ ਨੂੰ ਘੁੰਮ ਚੱਲੇ ਹਾਂ ਜੀ। ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।